ਉਸ ਸੋਹਣੇ ਨਾਲ ਲੱਗ ਗਈ ਹੈ ਸਾਡੀ, ਉਸ ਸੋਹਣੇ ਨਾਲ ਲੱਗ ਗਈ ਹੈ ਜਿਹੜਾ ਤੋੜ ਨਿਭਾਵਣ ਵਾਲਾ। ਬੋਲੋ ਅੱਲਾ 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 ਸੋਹਣਾ ਅੱਲਾ 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 ਵਾਲੇ ਬੈਠੇ ਨੇ ਤੇ ਮੈਂ ਸ਼ੇਰ ਪੜਨ ਲੱਗਾ। ਭਾਈ ਮੌਜ਼ਮ ਸਾਹਿਬ, ਅੱਛਾ ਮੈਨੂੰ ਚਿਹਰਾ ਨਹੀਂ ਸੀ ਪਤਾ, ਮੌਜ਼ਮ ਭਾਈ ਮੇਰੇ ਨਾਲ ਖਲੋ ਗਏ ਤੇ ਡਾਕਟਰ ਜਮਸ਼ੇਦ ਸਾਹਿਬ ਕਿੱਥੇ? ਚਲੋ ਠੀਕ ਹੈ, ਸਾਰੇ ਮਾਮਲਾ ਨਾਲ ਨਾਲ ਨੇ। ਮੈਂ ਪੂਰੀ ਅੰਜਮਨ ਵਾਸਤੇ ਦੁਆ ਕਰਾਂਗਾ, ਅੱਲਾਹ ਸਾਰਿਆਂ ਨੂੰ ਨਜ਼ਰੇ ਬਾਦ ਤੋਂ ਮਹਿਫੂਜ਼ ਰੱਖੇ। ਇੱਕ ਦਫ਼ਾ ਮੈਂ ਪੇਸ਼ ਕਰਾਂਗਾ ਜੀ, ਆਰਫਾਨਾ ਰੰਗ ਵੀ ਪੜਾਂਗੇ। ਹਾਂਜੀ ਹਾਂ, ਤੁਹਾਡੀ ਮੈਂ ਉਂਝ ਤੁਹਾਨੂੰ ਮੁਹੱਬਤ ਕਰਕੇ ਜਾਵਾਂਗਾ ਇਨਸ਼ਾਅੱਲਾ। ਹਾਂ ਜ਼ਰੂਰ, ਅਤੇ ਜਿਤਨੇ ਅੰਜਮਨ ਦੇ ਆਪਣਾ ਡਾਕਟਰ ਸਾਹਿਬ ਦੇ ਨਾਲ, ਮੌਜ਼ਮ ਭਾਈ ਦੇ ਨਾਲ, ਤਈਏ ਭਾਈ ਦੇ ਨਾਲ ਨੇ, ਸਾਰਿਆਂ ਨੂੰ ਸਲੂਟ ਹੈ। ਐਡਾ ਸੋਹਣਾ ਇਹਤਮਾਮ ਕੀਤਾ ਨੇ ਹਰ ਸਾਲ ਦੀ ਤਰ੍ਹਾਂ। ਮੈਂ ਕਿਹਦਾ ਜ਼ਿਕਰ ਕਰ ਰਿਹਾ? ਅੱਲਾ। ਕਿਹਦਾ? ਅੱਲਾ। ਬੋਲ ਕੇ ਜ਼ਰਾ, ਕਿਹਦਾ? ਅੱਲਾ। ਜਿਹੜਾ ਅੱਲਾ ਦੇ ਨਾਂ ਤੇ ਦੋਨੋਂ ਹੱਥ ਉਠਾ ਸਕਦਾ, ਦੋਨੋਂ ਹੱਥ ਉਠਾਏ। ਭਾਈ ਆਬਦ ਜਲਾਲੀ, ਭਾਈ ਤਈਬ, ਡਾਕਟਰ ਸਾਹਿਬ, ਜਮਸ਼ੇਦ ਭਾਈ, ਅਗਲੇ ਸਾਲ ਤੱਕ ਨਜ਼ਾਰਾ ਯਾਦ ਨਾ ਰਹੇ ਤੇ ਗੱਲ ਹੋਈ।
ਜਿਹਨੂੰ ਅੱਲਾ ਨੇ ਤਾਕਤ ਦਿੱਤੀ, ਜਿਹੜਾ ਅੱਲਾ ਦੇ ਨਾਂ ਤੇ ਦੋਨੋਂ ਹੱਥ ਉਠਾ ਸਕਦਾ, ਦੋਨੋਂ ਹੱਥ ਉੱਚੇ ਕਰੇ। ਹੁਣ ਅੱਲਾ ਦੇ ਨਾਂ ਤੇ ਇੰਨੀ ਤੇਜ਼ ਹੱਥ ਲਹਿਰਾਉਣਾ ਜਿਵੇਂ ਝੰਡੇ ਲਹਿਰਾਏ ਨੇ, ਲਹਿਰਾ ਕੇ ਕਹਿਣਾ ਬੋਲੋ ਅੱਲਾ 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 ਅੱਲਾ।